ਕਿ ਤੁਸੀਂ ਇਹਨਾਂ ਮਾੜੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜਾਈ ਕਰੋ ਜਿਵੇਂ ਮੱਥਾ ਟੇਕਣਾ ਹੈ ਉਵੇਂ ਰੋ ਬਾਹਰ ਆ ਕੇ ਇੰਨੀ ਜਗ੍ਹਾ ਹੈ ਜਿੱਥੇ ਮਰਜ਼ੀ ਫੋਟੋਆਂ ਖਿਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫਾਲਤੂ ਉੱਥੇ ਇਹ ਕਰਦੇ ਪਏ ਹੋ ਜਿਹੜੇ ਹੁਣ ਬਰਸ਼ੇ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ 'ਤੇ ਰੋਕ ਟੋਕੀ ਕਰਦੇ ਨੇ ਹੁਣ ਕਿੱਥੇ ਗਏ ਸੀ ਉਹ ਬੰਦੇ ਕਰਕੇ ਇੰਨਾ ਕੁਛ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਤੁਸੀਂ ਉਹਨਾਂ ਤੋਂ ਵੱਡੇ ਹੋ ਗਏ ਬਾਹਰ ਆ ਕੇ ਇੰਨੀ ਜਗ੍ਹਾ ਹੈ ਜਿੱਥੇ ਮਰਜ਼ੀ ਫੋਟੋਆਂ ਖਿਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫਾਲਤੂ ਉੱਥੇ ਇਹ ਕਰਦੇ ਪਏ ਹੋ ਜਿਹੜੇ ਹੁਣ ਬਰਸ਼ੇ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ 'ਤੇ ਰੋਕ ਟੋਕੀ ਕਰਦੇ ਨੇ ਹੁਣ ਉਹ ਕਿੱਥੇ ਗਏ ਸੀ ਵੈਰੀ ਗੁੱਡ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹੋ ਜਿਹਾ ਕੀ ਇੱਧਰ ਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਮਾੜੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜਾਈ ਕਰੋ ਜਿਵੇਂ ਮੱਥਾ ਟੇਕਣਾ ਹੈ ਉਵੇਂ ਰੋ ਤੁਹਾਨੂੰ ਵੀ ਉਹ ਨੋਰਮਲ ਬੰਦਾ ਆ ਵੀਆਈਪੀ ਟ੍ਰੀਟਮੈਂਟ ਨਹੀਂ ਚੰਗਾ ਲੱਗਦਾ ਕਿਉਂ ਵੀਆਈਪੀ ਟ੍ਰੀਟਮੈਂਟ ਦੇ ਰਹੇ ਹੋ ਬਈ ਉਹ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਪਲੀਜ਼ ਦੱਸ ਦਿਓ ਸਰੇ ਮੈਂ ਦੱਸਣਾ ਹੀ ਨਹੀਂ ਚਾਹੁੰਦੀ ਆਪਣੇ ਦੱਸ ਦਿਓ ਪਲੀਜ਼ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਪਲੀਜ਼ ਤੁਸੀਂ ਆਪ ਪੜੇ ਲਿਖੇ ਹੋ ਥੋੜਾ ਜਿਹਾ ਖੁਦ ਨੂੰ ਆਪ ਤੋਂ ਸਮਝ ਹੋਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਆ ਬਿਲਕੁਲ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇੰਨਾ ਪਤਾ ਆ ਵੀ ਕਿੰਨੂੰ ਚੱਜ ਦਾ ਟ੍ਰੀਟਮੈਂਟ ਦੋ ਤੇ ਕਿੰਨੂੰ ਨਹੀਂ ਕੋਈ ਆਵੇ ਮਹਾਪੁਰਸ਼ ਕੋਈ ਪਿੰਦਰਪਾਲ ਜੀ ਵਰਗਾ ਆਵੇ ਮੈਂ ਕਹਿੰਨੀ ਆ ਵੀ ਉਹਨੂੰ ਵੀਆਈਪੀ ਟ੍ਰੀਟਮੈਂਟ ਦੋ ਕਿਉਂਕਿ ਉਹ ਹੈਗੇ ਆਪਣੇ ਸਾਧ ਸੰਗਤ ਠੀਕ ਹੈ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਆ ਗੁਰੂ ਘਰ ਦੀ ਸੇਵਾ ਕੀਤੀ ਆ ਉਹ ਮਹਾਪੁਰਸ਼ ਕਹਿਲਾਉਂਦੇ ਨੇ ਇਹਨੇ ਕੀ ਸੇਵਾ ਕੀਤੀ ਆ ਕੇ 2 ਮਿੰਟ ਭਾਂਡੇ ਸਾਫ਼ ਕਰ ਜੂਗਾ ਤੇ ਭਾਂਡਿਆਂ ਦੀ ਸੇਵਾ ਕਰ ਜੂਗਾ ਮੈਂ ਦੂਜੇ ਬਾਹ ਕਰ ਜੂਗਾ ਕੰਮ ਤੇ ਉਹ ਹੁਣ ਵੱਡਾ ਆਦਮੀ ਹੋ ਗਿਆ ਤੁਹਾਨੂੰ ਇਹ ਚੰਗਾ ਨਹੀਂ ਲੱਗਾ ਕਿ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਊਡ ਹੀ ਨਹੀਂ ਤੁਸੀਂ ਅੰਦਰ ਕੈਮਰੇ ਨਹੀਂ ਉਹ ਕਰ ਰਹੇ ਅਲਾਊਡ ਤੁਸੀਂ ਕਿਵੇਂ ਉਹਨੂੰ ਅਲਾਊਡ ਕਰ ਰਹੇ ਹੋ ਇਹਨੇ ਕੈਮਰਾ ਮੈਨੂੰ ਇਹਨੇ ਮੀਡੀਆ ਨੂੰ ਕਿੱਦਾਂ ਅਲਾਊਡ ਕਰ ਰਹੇ ਹੋ ਜਦੋਂ ਲਾਈਵ ਚੱਲ ਰਿਹਾ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਅਲਾਊਡ ਕਰ ਰਹੇ ਹੋ ਇੰਨੀ ਮੀਡੀਆ ਨੂੰ ਤੁਸੀਂ ਮਨ ਬਣਾ ਕੇ ਆਏ ਪਹਿਲਾਂ ਵੀ ਜਾਂ ਚਾਰ ਮੈਂ ਕੋਈ ਮਤ ਨਹੀਂ ਬਣਾਇਆ ਮੈਂ ਵੈਸੇ ਦਰਸ਼ਨ ਕਰਨ ਆਈ ਸੀ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਡਾ ਭੱਜੀ ਆ ਮਗਰ ਜਿੱਦਾਂ ਪਤਾ ਨਹੀਂ ਕੀ ਆ ਗਿਆ ਹੁੰਦਾ ਤੁਸੀਂ ਮੈਂ ਮਨਾ ਨਹੀਂ ਕਰਦੀ ਫੋਟੋ ਖਿਚਾਉਣ ਤੋਂ ਮੈਂ ਮਨਾ ਨਹੀਂ ਕਰਦੀ ਰਿਸਪੈਕਟ ਕਰਨ ਤੋਂ ਰਿਸਪੈਕਟ ਕਰੋ ਫੋਟੋਆਂ ਖਿਚਾਓ ਪਰ ਬਾਹਰ ਇੰਨੀ ਜਗ੍ਹਾ ਆ ਜਿੱਥੇ ਮਰਜ਼ੀ ਖਿਚਾਓ ਤੁਸੀਂ ਗੁਰੂ ਘਰ ਦੇ ਵਿੱਚ ਕਿਉਂ ਇਹ ਤਮਾਸ਼ਾ ਕਰ ਰਹੇ ਛੋਸ਼ੇਬਾਜ਼ੀ ਕਰ ਰਹੇ ਮੇਰਾ ਆਪਣਾ ਫਿਰ ਨਾਮ ਦੱਸ ਦਿਓ ਪਲੀਜ਼ ਕੋਈ ਪ੍ਰੋਬਲਮ ਨਹੀਂ ਦੱਸੋ ਵੀ ਖੁੱਲ ਕੇ ਕਰੋ ਗੱਲ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਕੀ ਦੇਖੋ ਮੈਂ ਵੀ ਸਰਦਾਰਾਂ ਦੀ ਧੀ ਆ ਵੈਰੀ ਗੁੱਡ ਠੀਕ ਹੈ ਤੇ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀ ਆ ਨਾ ਮੈਨੂੰ ਕੋਈ ਚਾਹੀਦੀ ਡੀਆਰਪੀ ਨਾ ਮੈਨੂੰ ਕੁਝ ਮੈਂ ਪਹਿਲੀ ਵਾਰੀ ਫੇਸ ਕੀਤਾ ਬੰਦੇ ਨੂੰ ਪਰ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨਾਲ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨੇ ਬਹੁਤ ਗਲਤ ਗੱਲ ਹੈ ਇਹਨਾਂ ਦੀ ਵੈਰੀ ਗੁੱਡ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱਗੇ ਅੱਗੇ ਜਾ ਕੇ ਬੋਲਿਆ ਰਾਹੁਲ ਜੀ ਦੇ ਬੋਲਿਆ ਮੈਂ ਅਗਰ ਉਹ ਕੁੜੀ ਮੇਰੇ ਨਾਲ ਜ਼ਬਰਦਸਤੀ ਨਾ ਕਰਦੀ ਫਿਰ ਮੇਰੇ ਮੂੰਹ ਤੇ ਬੋਲਦੀ ਕਿਉਂ ਡਰਾਂ ਬਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਹੈ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਹੈ ਖੁਦਾ ਕਮਾਨੀ ਆ ਖੁਦਾ ਖਾਨੀ ਆ ਬਈ ਮੈਨੂੰ ਰਹਿਣ ਲਈ ਨਹੀਂ ਦੇ ਰਿਹਾ ਕੁਝ ਕਰਨ ਲਈ ਨਹੀਂ ਦੇਣਾ ਮੈਂ ਕਿਉਂ ਡਰਾਂ ਉਹ ਤੋਂ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰਾਹੁਲ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈਗਾ ਦਿਲਜੀਤ ਕੌਰ ਠੀਕ ਹੈ ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਦੱਸਣਾ ਚਾਹੁੰਦੀ